ਪ੍ਰਿਟਿਵ ਇਨਸਪੈਕਟਰ ਦੇ ਐਗਜ਼ਾਮ ਨੂੰ ਕਰੈਕ ਕਰਨ ਦੇ ਪੰਜ ਬੇਹੱਦ ਇੰਪੋਰਟੈਂਟ ਸਟੈਪਸ। ਨੰਬਰ 1, ਤੁਸੀਂ ਬੇਸਿਕ ਕਲਾਸਿਸ ਲਗਾਓ ਜਾਂ ਫਿਰ ਕੋਈ ਕਲਾਸ ਨੋਟ ਸਟੱਡੀ ਮਟੀਰੀਅਲ ਨੂੰ ਰੀਡ ਕਰੋ। ਨੰਬਰ 2, ਤੁਸੀਂ ਪ੍ਰੀਵੀਅਸ ਈਅਰ ਕੁਐਸਚਨ ਪੇਪਰਸ ਦਾ ਐਨਾਲਿਸਿਸ ਕਰੋ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ PPSC ਐਗਜ਼ਾਮਸ ਦੇ ਵਿੱਚ ਕੁਐਸਚਨਸ ਕਿਸ ਤਰੀਕੇ ਦੇ ਪੁੱਛਦੀ ਹੈ, ਕਿਹੜੇ ਸਬਜੈਕਟ ਤੋਂ ਕਿੰਨੇ ਜ਼ਿਆਦਾ ਕੁਐਸਚਨਸ ਆਉਂਦੇ ਨੇ। ਨੰਬਰ 3, ਰਿਵੀਜ਼ਨ, ਜਿਹੜੀ ਤੁਸੀਂ ਚੀਜ਼ ਪੜ੍ਹ ਰਹੇ ਹੋ ਉਹਦਾ ਰਿਵੀਜ਼ਨ ਬਹੁਤ ਜ਼ਰੂਰੀ ਹੈ। ਨੰਬਰ 4, ਮੈਕਸੀਮਮ ਟੈਸਟ ਦਿੱਤੇ ਜਾਣ, ਤੁਸੀਂ ਜਿੰਨੇ ਜ਼ਿਆਦਾ ਟੈਸਟ ਦਿਓਗੇ ਉਨਾ ਹੀ ਆਪਣੇ ਗੋਲ ਦੇ ਯਾਨੀ ਇਸ ਐਗਜ਼ਾਮ ਨੂੰ ਕਰੈਕ ਕਰਨ ਦੇ ਤੁਸੀਂ ਕਰੀਬ ਆਓਗੇ। ਐਂਡ ਨੰਬਰ 5, ਮੈਕਸੀਮਮ MCQs ਤੁਸੀਂ ਸੋਲਵ ਕਰੋ, ਮੈਕਸੀਮਮ MCQs ਯੂਟਿਊਬ ਦੇ ਉੱਤੇ ਦੇਖੋ ਤਾਂ ਕਿ ਅਗਰ ਕੋਈ ਕੁਛ ਸਿਲੇਬਸ ਦਾ ਪਾਰਟ ਤੁਹਾਡਾ ਰਹਿ ਗਿਆ ਤੇ ਉਹ ਵੀ ਤੁਹਾਡੇ ਸਾਹਮਣੇ ਆ ਜਾਏ, ਤੁਹਾਨੂੰ ਉਹਦੇ ਬਾਰੇ ਵੀ ਪਤਾ ਲੱਗ ਜਾਵੇ। ਐਂਡ ਇਹ ਪੰਜ ਸਟੈਪਸ ਅਗਰ ਤੁਸੀਂ ਫੋਲੋ ਕਰਦੇ ਹੋ ਨਾ ਸਿਰਫ ਤੁਹਾਡਾ ਐਗਜ਼ਾਮ ਨਿਕਲੇਗਾ, ਤੁਹਾਡੀ ਰੈਂਕ ਵੀ ਬਹੁਤ ਅੱਛੀ ਆਏਗੀ।